संदीप नंगलंबिया का बीते कल कतल कर दिता गया। परिवार को वड्डा घाटा जरूर है, पूरे कबड्डी जगत को एक घाटा पिया जो संदीप के जाने नाल। इस वेले संदीप के घर मौजूद सी, उन्होंने घर के गुआंढ घर कह सकते हो। मेरे नाल इस वेले मौजूद ने गुरमीत सिंह जी, SDO ने रिटायर हुए बिजली बोर्ड तो, इन्होंने जिथे गलबात करांगे। SDO साहब, संदीप ताया जी कह के बुलांदा सी, हसमुख सुभा दा दस्सिया जांदा, की किवें दा सुभा सी संदीप? संदीप दा तुसी कल्ला मेरे को नहीं पुछण दी लोड़, तुसी सारे पिंड को, सारे इलाके को, जां कोई इहदे जिहड़े कबड्डी दे जिहड़े इहदे कोलीग है उन्हां को पुछ के तुसी देख सकदे आ। इहदा कोई विवादित कदी बयान नहीं, विवादित कोई इहदा कोई किसे किस्म दा कोई नहीं। बहुत मिठ बोलड़ा सी मुंडा, यारां दा यार, ते खास करके नशियां दे वरखलाफ सीगा। ਇਹ ਖੁਦ ਵੀ ਨਸ਼ਾ ਨਹੀਂ ਸੀ ਕਰਦਾ, ਕਬੱਡੀ ਸਿਰਫ ਜੇ ਖੇਡੀ ਤੇ ਇਹਨੇ ਆਪਣੇ ਡੌਲਿਆਂ ਦੇ ਸਿਰ ਤੇ ਖੇਡੀ ਆ। ਇਹਨੇ ਮਿਹਨਤ ਕੀਤੀ ਆ, ਆਪਣੇ ਸਰੀਰ ਨੂੰ ਕਮਾਇਆ। ਪਹਿਲਾਂ 18 ਸਾਲ ਦੀ ਉਮਰ 'ਚ ਇਹਨੇ ਸ਼ੁਰੂ ਕਰਤਾ ਸੀ ਮੈਂ ਆਪਣਾ ਸਰੀਰ ਜਿਹੜਾ, ਅਤੇ ਉਹ ਸਾਰਿਆਂ ਨੂੰ ਦਿਸਦਾ ਵੀ ਸੀ ਵਾਕਿਆ ਹੀ ਇਹ ਆਪਣੇ ਹਿੱਕ ਦੇ ਜ਼ੋਰ ਨਾਲ ਇਹਨੇ ਆਪਣੀ ਕਬੱਡੀ ਖੇਡੀ। ਕਬੱਡੀ ਜਗਤ ਦੇ 'ਚ ਜਿੰਨਾ ਵੱਡਾ ਨਾਮ ਸੰਦੀਪ ਨੇ ਬਣਾ ਲਿਆ ਸੀ, ਅਤੇ ਉਹਦੇ ਪੂਰੀ ਪੂਰੇ ਕਹਿ ਸਕਦੇ ਕਿ ਚੁਣੌਤੀਆਂ ਭਰਿਆ ਰਿਹਾ, ਜਾਂ ਕਿਸ ਤਰ੍ਹਾਂ ਦਾ ਸਫ਼ਰ ਰਿਹਾ ਇਹ? नहीं, सफर इहदे वास्ते कोई चुनौतियां दा नहीं सीगा, क्योंकि इहने जदों भी कबड्डी खेली आ पूरी ऐ हिक दे ताण नाल खेली आ। इहदे वास्ते इहो जी कोई चुनौती सिर्फ इह सी वी इह ग्राउंड 'च इहने जाणा प्रैक्टिस करनी अपनी, उह डेली दा इहदा रूटीन सीगा। कदी भी भावें मीह आवे नेरी जावे, जे फिर भी कदी भी जदों भी इहनूं टाइम मिलदा सी सिर्फ प्रैक्टिस करदा सी, इह अपनी जिहड़ी शरीर दी बॉडी नूं सैट करदा सीगा, वधिया खुराक खांदा सीगा। होर इहदा इस तों अलावा कोई शौक नहीं सी कबड्डी। ਪਿੰਡ ਚ ਸੰਦੀਪ ਤੁਸੀਂ ਦੱਸਦੇ ਸੀ ਬੜੇ ਵਧੀਆ ਤਰੀਕੇ ਨਾਲ ਵਿਚਾਰਦੇ, ਤੁਹਾਨੂੰ ਵੀ ਤਾਇਆ ਜੀ ਕਹਿ ਕੇ ਬੁਲਾਉਂਦਾ ਸੀ, ਬਾਕੀ ਦੇ ਪਿੰਡ ਨਾਲ ਕਿੱਦਾਂ ਦਾ ਵਿੱਚ ਮਾਹੌਲ ਸੀ ਪਿੰਡ ਦੇ ਵਿੱਚ ਸੰਦੀਪ ਨੂੰ ਲੈ ਕੇ? ਨਹੀਂ, ਉਹ ਤਾਂ ਮੈਂ ਤੁਹਾਨੂੰ ਪਹਿਲਾਂ ਦੱਸਤਾ ਵੀ ਕੱਲਾ ਮੇਰੇ ਪੁੱਛਣ ਦੀ ਗੱਲ ਨਹੀਂ, ਤੁਸੀਂ ਈਵਨ ਇਲਾਕੇ ਚੋਂ ਜਾਂ ਇਹਦੇ ਜਿਹੜੇ ਕੁਲੀਗ ਆ ਜਿਹੜੇ ਵੱਖੀਆਂ ਵੱਖਰੀਆਂ ਸਟੇਟਾਂ ਦੇ ਆ, ਕਿਤੇ ਵੀ ਜਾ ਕੇ ਤੁਸੀਂ ਪੁੱਛ ਸਕਦੇ ਆ। ਏਡਾ ਮਿੱਠ ਬੋਲੜਾ, ਫਿਰ ਇਹਦੇ ਵਿੱਚ ਕਿਸੇ ਕਿਸਮ ਦਾ ਕੋਈ ਲਾਲਚ ਨਹੀਂ, ਤੇ ਗੇਮ ਵਾਲੇ ਬੰਦੇ ਆ, ਆਪਣੇ ਵਚਨ ਦਾ ਪੱਕਾ। ਜੇ ਕਿਸੇ ਨੇ ਕਮਿਟ ਕਰ ਲਿਆ ਵੀ ਮੈਂ ਖੇਡੂੰਗਾ ਤੇ ਖੇਡੂੰਗਾ, ਜੇ ਕਿਸੇ ਨੇ ਖਰੀਦਣ ਦੀ ਵੀ ਕੋਸ਼ਿਸ਼ ਕੀਤੀ ਤੇ ਖਰੀਦਿਆ ਨਹੀਂ ਸੀ ਜਾਂਦਾ। ਤਾਂ ਪਿੰਡ 'ਚ ਜਿੰਮ ਬਣਾ ਰਿਹਾ ਸੀ ਜੋ ਜਾਣਕਾਰੀ? ਹਾਂ, ਜਿੰਮ ਹੈਗੀ, ਸਾਡੇ ਲੋਕ ਸਾਡੇ ਜਿਹੜੇ ਬੱਚੇ ਆ ਆਉਂਦੇ ਆ, ਉਹ ਖੇਡਦੇ ਇੱਥੇ, ਮਤਲਬ ਆ ਕੇ ਆਪਣੀ ਪ੍ਰੈਕਟਿਸ ਕਰਦੇ, ਸਰੀਰ ਆਪਣੇ ਨੂੰ ਸੈੱਟ ਕਰਦੇ ਆ, ਕਮਾਉਂਦੇ ਆ। ਤੇ ਅਜੇ ਜਿੰਮ ਫਿਰ ਵੀ ਅਜੇ ਅਧੂਰੀ, ਪਰ ਮਸ਼ੀਨਰੀ ਕਾਫੀ ਪਈ ਸਾਡੇ ਕੋਲ। ਸੰਦੀਪ ਦੇ ਪਰਿਵਾਰ ਬਾਰੇ ਥੋੜੀ ਜਾਣਕਾਰੀ ਦਿਓਗੇ? ਸੰਦੀਪ, ਇਹ ਸਮਝ ਲਓ ਕਿ ਤੁਸੀਂ ਇੱਕ ਛੋਟੇ ਪਰਿਵਾਰ ਤੋਂ ਉੱਠੇ ਆ ਇਹ ਜੀ, ਮਤਲਬ ਜ਼ਿਮੀਂਦਾਰ ਸੀਗੇ, ਆਮ ਜ਼ਿਮੀਂਦਾਰ ਜਿਨ੍ਹਾਂ ਨੂੰ ਕਹਿੰਦੇ ਆਪਾਂ। ਤੇ ਜਦੋਂ ਦਾ ਇਹਦਾ ਜਨਮ ਹੋਇਆ, ਜੋੜੇ ਭਾਈ ਆ ਇਹ ਦੋਵੇਂ, ਇੱਕ ਸੰਦੀਪ ਸਿੰਘ ਆ, ਦੂਸਰੇ ਨਾਂ ਗੁਰਜੀਤ ਆ, ਤੇ ਇੱਕ ਇਹਨਾਂ ਤੋਂ ਵੱਡਾ ਹੈਗਾ, ਉਹਨੂੰ ਫੌਜੀ ਕਹਿੰਦੇ ਆ, ਜਿਹਦਾ ਨਾਂ ਅੰਗਰੇਜ਼ ਆ ਜੀ। ਤੇ ਦੋ ਇਹਨਾਂ ਦੀਆਂ ਸਿਸਟਰਾਂ, ਇੱਕ ਰਈਏ ਵਿਆਹੀ ਆ ਤੇ ਇੱਕ ਇੱਥੇ ਹੈਗੀ ਆਪਣੇ ਇੰਗਲੈਂਡ ਦੇ ਵਿੱਚ ਜੀ। ਤੇ ਜਿਹੜੀ ਰਈਏ ਵਿਆਹੀ ਆ ਲੜਕੀ, ਉਹ ਕਾਫੀ ਬਿਮਾਰ ਹੋ ਗਈ ਸੀ, ਇਹਨੇ ਆਪਣਾ ਸਾਰਾ ਕੁਛ ਛੱਡ ਕੇ ਉਹਦੇ ਸਿਰਹਾਣੇ ਬਹਿ ਗਿਆ ਸੀ, ਉਹਨੂੰ ਮਤਲਬ ਮੌਤ ਦੇ ਮੂੰਹ ਚੋਂ ਕੱਢ ਕੇ ਆਪਣੇ ਇਹਨੇ। ਤੇ ਉਹ ਕੱਲ ਤੁਸੀਂ ਦੇਖਿਆ ਨਹੀਂ ਹੋਣਾ, ਇੱਥੇ ਜਦੋਂ ਆਈ ਸੀ ਵਿਚਾਰੀ ਬਹੁਤ ਜ਼ਿਆਦਾ ਰੋਈ ਸੀਗੀ ਕਿ ਮੈਂ ਮਰ ਜਾਂਦੀ, ਵਧੀਆ ਸੀ। ਤੇ ਸੰਦੀਪ ਦਾ ਬਾਕੀ ਪਰਿਵਾਰ ਜਿਹੜਾ ਵਾ, ਇਹਦਾ ਡੈਡੀ ਆ ਤੇ ਮਦਰ ਆ, ਉਹ ਵੀ ਇੰਗਲੈਂਡ 'ਚ ਆ ਪੱਕੇ। ਜਿਹੜੇ ਡੈਡੀ ਨੇ, ਇਹਦੇ ਨੇ ਜਾਣਾ ਸੀ 27 ਤਰੀਕ ਨੂੰ, ਸੋਰੀ 18 ਨੂੰ, ਤੇ ਆਪ ਇਹਨੇ ਜਾਣਾ ਸੀ 27 ਤਰੀਕ ਨੂੰ। ਤੇ ਇਹਦੀ ਚਾਚੀ ਤੇ ਇੱਕ ਇਹਦਾ ਚਾਚੇ ਦਾ ਮੁੰਡਾ, ਉਹ ਅਮੈਰੀਕਾ ਅਜੇ ਪਰਸੋਂ ਹੀ ਗਏ, ਉਹ ਫਿਰ ਉਹਨਾਂ ਨੇ ਵਾਪਸ ਆਉਣਾ ਪੈ ਰਿਹਾ ਉਹਨਾਂ ਨੂੰ ਇਸੇ ਕਾਰਨ ਕਰਕੇ। ਤੇ ਇਹਨਾਂ ਦਾ ਜਿਹੜਾ ਪਰਿਵਾਰ ਆ, ਲੱਗਦਾ ਵੀ ਕੱਲ 2-2:30 ਵਜੇ ਤੱਕ। ਕਿੰਨੇ ਬੱਚੇ ਜੀ ਸੰਦੀਪ ਦੇ? ਕਦੋਂ? ਸੰਦੀਪ ਦੇ 2 ਜੁੜਵੇਂ ਬੇਟੇ ਆ, ਤੇ ਥੋੜਾ ਲੇਟ ਪੈਦਾ ਹੋਏ ਆ ਉਹ, ਤੇ ਹੁਣ ਇਸ ਵੇਲੇ 4th ਸਾਲ 'ਚ ਆ ਉਹ ਜੀ। ਤੇ ਜੁੜਵੇਂ ਬੱਚੇ ਆ, ਤੇ ਇਹ ਖੁਦ ਵੀ 2 ਜੁੜਵੇਂ ਭਾਈ ਸੀਗੇ ਪਹਿਲਾਂ ਇਹ ਜੀ। ਤੇ ਬਾਕੀ ਤੇ ਹੋਰ ਕੋਈ ਇਹਨਾਂ ਦੇ ਬੱਚਾ ਨਹੀਂ ਹੈ ਜੀ, 2 ਬੇਟੇ ਆ ਬਸ ਜੁੜਵੇਂ। ਸੰਦੀਪ ਨੂੰ ਕੱਲ ਸਰੇ ਖੁੱਲੇ ਮੈਦਾਨ ਦੇ ਵਿੱਚ ਜਿੱਥੇ ਕਬੱਡੀਆਂ ਪੈ ਰਹੀਆਂ ਸੀ, ਰੇਡਾਂ ਪੈ ਰਹੀਆਂ ਸੀ, ਉੱਥੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਕੀ ਲੱਗਦਾ, ਕਿਹਨੇ ਵਾਰਦਾਤ ਨੂੰ ਅੰਜਾਮ ਦਿੱਤਾ ਹੋਇਆ ਸੀ? ਨਹੀਂ, ਇਹਦੇ ਬਾਰੇ ਇੱਦਾਂ ਨਾ, ਇਹ ਖੁਦ ਸੰਦੀਪ ਨੂੰ ਵੀ ਹੋ ਸਕਦਾ ਨਾ ਪਤਾ ਹੋਵੇ, ਬਾਕੀ ਕਿਸੇ ਨੂੰ ਤਾਂ ਕੀ ਪਤਾ ਹੋਣਾ ਵੀ ਕੀ ਇਹਦੇ ਪਿੱਛੇ ਸੀ, ਵੀ ਕੀ ਇਹਦੀ ਚੜ੍ਹਤ ਦੀ ਕਾਰਨ ਸੀਗਾ ਜੀ, ਜਾਂ ਕੋਈ ਹੋਰ ਇਹਦੇ ਪਿੱਛੇ ਕਾਰਨ ਸੀਗਾ। ਕਿਉਂਕਿ ਇਹਨੇ ਬਹੁਤ ਛੇਤੀ ਆਪਣਾ ਪਹਿਲੀ ਨਾਮ ਬਣਿਆ, ਫਿਰ ਇਹਦੇ ਜਿਹੜੇ ਮਤਲਬ ਕਿ ਸੰਸਕਾਰ ਸੀਗੇ ਉਹ ਸਾਰਿਆਂ ਨਾਲੋਂ ਵੱਖਰੇ ਔਰ ਸਾਫ ਸੁਥਰੇ ਸੀਗੇ। ਹੁਣ ਪਤਾ ਨਹੀਂ, ਜੈਲਸੀ ਹੋ ਸਕਦੀ, ਕੀ ਕਹਿ ਸਕਦੇ, ਕੋਈ ਕਹਿਣ ਨੂੰ ਮਤਲਬ ਸਮਝ ਨਹੀਂ ਲੱਗ ਰਹੀ, ਕਿਸੇ ਨੂੰ ਵੀ ਨਹੀਂ ਸਮਝ ਲੱਗ ਰਹੀ। ਇਹ ਹੁਣ ਪੁਲਿਸ ਕੀ ਇਨਵੈਸਟੀਗੇਸ਼ਨ ਕਰਦੀ ਆ, ਕੀ ਆ ਇਹਦੇ ਬਾਰੇ ਕੋਈ ਜਾਣ। ਪ੍ਰਤੱਖ ਦਰਸ਼ੀਆਂ ਦੱਸਣ ਦੇ ਮੁਤਾਬਕ ਗੋਲੀਆਂ ਮਾਰਨ ਤੋਂ ਬਾਅਦ ਜਾਂਦੇ ਹੋਏ ਇੱਕ ਆਖਰੀ ਗੋਲੀ ਮੱਥੇ 'ਚ ਮਾਰ ਗਏ, ਇੰਨੀ ਕਰੂਰਤਾ ਦੇ ਨਾਲ ਸੰਦੀਪ ਦਾ ਕਤਲ ਕੀਤਾ ਗਿਆ।
ਨਹੀਂ ਇਹ ਨਾਲ ਬਲਵਿੰਦਰ ਚੱਠਾ ਸੀਗਾ ਉਹਨਾਂ ਨੇ ਆ ਕੇ ਸਾਨੂੰ ਕੱਲ ਦੱਸਿਆ ਮੈਂ ਤੇ ਚਲੋ ਭਾਵੇਂ ਉੱਥੇ ਨਹੀਂ ਸੀ ਉਹਨਾਂ ਦੱਸਿਆ ਕਿ ਪਹਿਲੋਂ ਇਹਦੇ ਲੱਤਾਂ 'ਚ ਵੀ ਗੋਲੀਆਂ ਮਾਰੀਆਂ ਅਤੇ ਉਹ ਤੋਂ ਬਾਅਦ ਪੇਟ 'ਚ ਵੀ ਮਾਰੀਆਂ ਗੋਲੀਆਂ ਪੇਟ 'ਚ ਬਹੁਤ ਜ਼ਿਆਦਾ ਫਿਰ ਗਰਦਨ 'ਚ ਵੀ ਜਦੋਂ ਇਹ ਡਿੱਗ ਪਿਆ ਨਾ ਅੱਗੇ ਦੱਸਦੇ ਫਿਰ ਇਹ ਕਹਿੰਦਾ ਵੀ ਅਸੀਂ ਉਹਨਾਂ ਸਿੱਧਾ ਕੀਤਾ ਇਹਨੂੰ ਸਿੱਧਾ ਕਰਕੇ ਫਿਰ ਮੱਥੇ 'ਚ ਮਾਰੀਆਂ ਅਤੇ ਕੁਛ ਗਰਦਨ 'ਚ ਇੱਧਰ 'ਚ ਇੱਧਰ ਮਤਲਬ ਕਿ ਪਤਾ ਨਹੀਂ ਕਿੰਨੀ ਗਿਣਤੀ 'ਚ ਗੋਲੀਆਂ ਦੱਸਦੇ ਵੀ ਖੂਨ ਨਾਲ ਸਾਰਾ ਲੱਥ ਪੱਥ ਸੀਗਾ ਚਰਬੀ ਚੁਰਬੀ ਉਹਨੇ ਦੱਸਿਆ ਮੈਨੂੰ ਬਹੁਤ ਜ਼ਿਆਦਾ ਬਾਹਰ ਨਿਕਲੀ ਪਈ ਸੀ ਇੰਨਾ ਬੁਰੀ ਤਰ੍ਹਾਂ ਇਹਦੇ ਗੋਲੀਆਂ ਚੱਲੀਆਂ ਸੀ ਅਤੇ ਸੰਦੀਪ ਦੇ ਜਾਨ ਨਾਲ ਘਾਟਾ ਉਹਨਾਂ ਲੋਕਾਂ ਨੂੰ ਵੱਧ ਪਿਆ ਜਿੱਦਾਂ ਮੈਂ ਪਿੰਡ ਦੀ ਗੱਲ ਕਰ ਲਾਂ ਕਿ ਪਿੰਡ ਦੇ ਕੁਛ ਨੌਜਵਾਨ ਵੀ ਕਬੱਡੀ ਨਾਲ ਜੁੜਨਾ ਚਾਹੁੰਦੇ ਸੀ ਜਾਂ ਉਹ ਗਰੀਬ ਘਰਾਂ ਦੇ ਲੋਕ ਜਿਹੜੇ ਕਬੱਡੀ ਲੈ ਕੇ ਆਉਂਦੇ ਸੀ ਸੰਦੀਪ ਉਹਨਾਂ ਦੀ ਬਾਂਹ ਫੜਦਾ ਸੀ ਕਿਵੇਂ ਵੇਖਦੇ ਹੁਣ ਉਹਨਾਂ ਦੀ ਬਾਂਹ ਕੌਣ ਫੜੀ ਹਾਂ ਇਹ ਸਾਨੂੰ ਵੀ ਇਸ ਚੀਜ਼ ਦਾ ਸ਼ੰਕਾ ਆ ਵੀ ਹੁਣ ਗਾਂਹ ਸਾਡੇ ਅਜੇ ਦਾ ਗਾਂਹ ਫਰਦਰ ਜਿਹੜਾ ਸੀਗਾ ਉਹ ਕੋਈ ਅਜੇ ਤਿਆਰੀ 'ਚ ਕੋਈ ਹੈ ਨਹੀਂ ਮੁੰਡਾ ਸਾਡੇ ਪਿੰਡੋਂ ਅਤੇ ਵੈਸੇ ਬੇਸ਼ੱਕ ਜਿੰਮ ਵੀ ਜਾਂਦੇ ਸਾਰਾ ਕੁਛ ਆ ਵੀ ਅਜੇ ਸੰਦੀਪ ਦਾ ਜਿਹੜਾ ਸੁਪਨਾ ਸੀ ਵੀ ਮੈਂ ਕੋਈ ਅੱਗੇ ਫਰਦਰ ਬੱਚੇ ਤਿਆਰ ਕਰਾਂ ਉਹ ਅਜੇ ਪੂਰਾ ਨਹੀਂ ਹੋਇਆ ਇਹਦਾ ਇੱਕ ਭਤੀਜਾ ਹੈਗਾ ਵਾ ਉਹਨੂੰ ਰੋਜ਼ ਗਰਾਊਂਡ 'ਚ ਭੇਜਦਾ ਸੀ ਪਰ ਉਹ ਅਜੇ ਛੋਟੇ ਲੈਵਲ 'ਤੇ ਬੱਚਾ ਅਜੇ ਅਤੇ ਉਹ ਉਹਨੂੰ ਤਿਆਰੀ ਕਰਾ ਰਿਹਾ ਸੀ ਵੀ ਮੈਂ ਇਹਨੂੰ ਆਪਣੇ ਬਰਾਬਰ ਲੈ ਕੇ ਜਾਵਾਂ ਅਤੇ ਹੋਰ ਬੱਚੇ ਸਾਡੇ ਪਿੰਡ ਦੇ ਕਾਫੀ ਜਾਂਦੇ ਆ ਪਰ ਮੈਨੂੰ ਲੱਗਦਾ ਨਹੀਂ ਵੀ ਇਹ ਸਾਨੂੰ ਇਹਦਾ ਗਾਂਹ ਕੋਈ ਇਹੋ ਜਿਹਾ ਇਹਦਾ ਬਦਲ ਮਿਲੂਗਾ ਸੰਦੀਪ ਦਾ ਮੁਸ਼ਕਲ ਲੱਗਦਾ ਸਾਨੂੰ ਬਹੁਤ ਬਹੁਤ ਧੰਨਵਾਦ ਜੀ ਅਤੇ ਸੰਦੀਪ ਦੇ ਤਾਇਆ ਜੀ ਸਨ ਜਿਨ੍ਹਾਂ ਨੂੰ ਸੰਦੀਪ ਤਾਇਆ ਜੀ ਕਹਿ ਕੇ ਬੁਲਾਉਂਦਾ ਸੀ ਪਿੰਡ ਇਸੇ ਪਿੰਡ 'ਚ ਖੇਡਦਾ ਰਿਹਾ ਸੰਦੀਪ ਸਿੰਘ ਨੰਗਲੰਬੀਆਂ ਦੀ ਮੈਂ ਗੱਲ ਕਰ ਰਿਹਾ ਜਿੱਥੇ ਕਿ ਉਹਦੇ ਘਰ ਮੌਜੂਦ ਹੈ ਫਿਲਹਾਲ ਸੰਦੀਪ ਦੇ ਕਤਲ ਦੇ ਕਾਰਨ ਕੀ ਨੇ ਇਹ ਪਰਿਵਾਰ ਵੀ ਜਾਣਨ ਦੀ ਕੋਸ਼ਿਸ਼ ਕਰ ਰਿਹਾ ਕਹਿਣਾ ਕਿ ਸ਼ਾਇਦ ਸੰਦੀਪ ਵੀ ਨਾ ਜਾਣਦਾ ਹੋਵੇ ਪਰ ਪੁਲਿਸ ਨੂੰ ਇਸ ਦੀ ਜਾਂਚ ਕਰਨੀ ਚਾਹੀਦੀ ਹੈ ਅਤੇ ਕੈਮਰਾਮੈਨ ਰਿੰਕੂ ਦੇ ਨਾਲ ਮੈਂ ਅਰੁਣ ਚੋਪੜਾ ਜਗਬਾਣੀ ਟੀਵੀ।